ਸੋ ਗੱਲ ਯੂਕੇ ਦੀ ਕਰਨ ਜਾ ਰਹੇ ਹਾਂ। ਸਟੂਡੈਂਟਸ ਦੇ ਸਵਾਲ ਸਾਡੇ ਕੋਲ ਢੇਰ ਸਾਰੇ ਪਹੁੰਚਦੇ ਹੀ ਰਹਿੰਦੇ ਨੇ ਅਤੇ ਉਹਨਾਂ ਸਵਾਲਾਂ 'ਤੇ ਹੀ ਅਸੀਂ ਹਮੇਸ਼ਾ ਵੀਡੀਓਜ਼ ਬਣਾਉਂਦੇ ਹਾਂ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਸਟੂਡੈਂਟਸ ਨੂੰ ਅਸੀਂ ਅਵੇਅਰ ਕਰ ਸਕੀਏ। ਸੋ ਗੱਲ ਅੱਜ ਆਪਾਂ ਸਟੂਡੈਂਟਸ ਦੇ ਸਵਾਲ ਸੀ ਕਿ ਕਿਹੜੀਆਂ ਚੰਗੀਆਂ ਯੂਨੀਵਰਸਿਟੀਜ਼ ਨੇ, ਇਨਰ ਲੰਡਨ ਦੀ ਵੀ ਗੱਲ ਕਰੀਏ ਚਾਹੇ ਆਊਟਰ ਲੰਡਨ ਦੀ ਗੱਲ ਕਰੀਏ, ਜਿੱਥੋਂ ਅਸੀਂ ਆਫਰ ਲੈਟਰ ਮੰਗਾ ਲਈਏ, ਰੀਜ਼ਨੇਬਲ ਵੀ ਹੋਣ ਅਤੇ ਸਾਡਾ ਫਿਊਚਰ ਵੀ ਉੱਥੇ ਅੱਗੇ ਵਧੀਆ ਰਹੇ, ਸਾਨੂੰ ਕੋਰਸਿਸ ਆਪਸ਼ਨਸ ਸਭ ਵਧੀਆ ਮਿਲਣ। ਸੋ ਕੁੱਲ ਮਿਲਾ ਕੇ ਸਾਰਾ ਪ੍ਰੋਸੈਸ ਜਿਹੜੇ ਸਟੂਡੈਂਟ ਸਮਝਣਾ ਚਾਹੁੰਦੇ ਨੇ, ਅੱਜ ਤੁਹਾਨੂੰ ਯੂਕੇ ਨੂੰ ਲੈ ਕੇ ਕਾਫੀ ਚੀਜ਼ਾਂ ਜੋ ਹੈ ਕਲੀਅਰ ਹੋਣ ਜਾ ਰਹੀਆਂ ਨੇ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ ਅਤੇ ਅੱਜ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਨੇ ਨੈਵੀਗੇਟਰ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਜ਼ ਵੀਨਾ ਗੋਇਲ ਮੈਮ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਨਮਸਕਾਰ ਤੁਹਾਨੂੰ ਸਾਰਿਆਂ ਨੂੰ ਜੀ ਮੈਮ। ਸੋ ਆਪਾਂ ਜਦ ਯੂਕੇ ਦੀ ਗੱਲ ਕਰਦੇ ਹਾਂ, ਸੋ ਇੱਕ ਚੰਗਾ ਸਕਸੈਸ ਰੇਟ, ਮੈਂ ਹਮੇਸ਼ਾ ਹੀ ਇਹ ਗੱਲ ਕਹਿੰਦੀ ਹਾਂ ਕਿਉਂਕਿ ਚੰਗਾ ਸਕਸੈਸ ਰੇਟ ਹਮੇਸ਼ਾ ਹੀ ਯੂਕੇ ਤੋਂ ਰਿਹਾ। ਹਾਲਾਂਕਿ ਸਪਟੈਂਬਰ ਇਨਟੇਕ ਦੀ ਜਦ ਗੱਲ ਕਰਦੇ ਹਾਂ, ਸਪਾਊਸ ਵੀਜ਼ਾ ਨੂੰ ਲੈ ਕੇ ਜੋ ਹੈ ਕਿ ਲਾਸਟ ਚਾਂਸ ਹੈ, ਪਰ ਫਿਰ ਵੀ ਯੂਕੇ ਨੂੰ ਲੈ ਕੇ ਬਹੁਤ ਸਾਰੀ ਕੁਐਰੀ ਸਟੂਡੈਂਟਸ ਦੀਆਂ, ਬਹੁਤ ਸਾਰੇ ਸਟੂਡੈਂਟ ਹੈ ਜੋ ਯੂਕੇ ਅਪਲਾਈ ਕਰਨਾ ਚਾਹੁੰਦੇ ਨੇ। ਪਹਿਲਾਂ ਤਾਂ ਮੈਂ ਐਡਮਿਸ਼ਨ ਦੇ ਪ੍ਰੋਸੈਸ ਤੋਂ ਹੀ ਜੇਕਰ ਸ਼ੁਰੂਆਤ ਕਰਾਂ, ਕਿਸ ਤਰ੍ਹਾਂ ਦੀ ਯੂਨੀਵਰਸਿਟੀਜ਼ ਦੀ ਤੁਸੀਂ ਚੋਣ ਕਰਨ ਬਾਰੇ ਸਟੂਡੈਂਟਸ ਨੂੰ ਕਹੋਗੇ, ਆਪਾਂ ਅਗਰ ਏਰੀਆ ਵਾਈਜ਼ ਵੀ ਜਾਈਏ, ਇਨਰ ਲੰਡਨ ਜਾਂ ਆਊਟਰ ਲੰਡਨ? ਦੇਖੋ ਹਰਜੋਤ, ਇੱਦਾਂ ਹੈ ਕਿ ਬੱਚੇ ਦੀ ਇੱਥੇ ਥੋੜ੍ਹਾ ਯੂਕੇ ਨੂੰ ਆਪਾਂ ਕਹੀਏ ਤਾਂ ਸੌਖਾ ਹੈ, ਜੇ ਕੈਨੇਡਾ ਔਰ ਆਸਟ੍ਰੇਲੀਆ ਨੂੰ ਕੰਪੇਅਰ ਕਰੀਏ ਜੀ, ਰਾਈਟ, ਬਹੁਤ ਸੌਖਾ ਹੈ। ਸੈਕਿੰਡ ਪਲੱਸ ਪੁਆਇੰਟ ਕੀ ਹੈ, ਮਾਸਟਰਸ ਇੱਕ ਸਾਲ ਦੀ, 1 ਈਅਰ ਦੀ, ਬਾਕੀ ਹਰ ਕੰਟਰੀ 'ਚ ਮਾਸਟਰ ਜਿਹੜੀ ਹੈ 2 ਈਅਰਸ ਦੀ ਹੋਏਗੀ। ਔਰ ਕੈਨੇਡਾ ਤੋਂ ਕੰਪੇਅਰ ਕਰੀਏ ਤਾਂ ਕੈਨੇਡਾ ਬੱਚਾ ਜ਼ਿਆਦਾ ਡਿਪਲੋਮਾ ਵਿੱਚ ਜਾਂਦਾ, ਉੱਥੇ ਡਿਗਰੀ ਵਾਸਤੇ ਨਹੀਂ ਜਾਂਦਾ, ਇੱਥੇ ਤੁਹਾਨੂੰ ਪ੍ਰੋਪਰ ਡਿਗਰੀ ਮਿਲ ਰਹੀ ਹੈ। ਔਰ ਜੇ ਬੱਚੇ ਨੇ ਗ੍ਰੈਜੂਏਸ਼ਨ ਕੀਤੀ ਹੈ, ਮਾਸਟਰ ਖਾਲੀ 1 ਸਾਲ 'ਚ ਹੋ ਜਾਣੀ ਹੈ, ਤਾਂ ਤੁਹਾਡੇ ਕੋਲ ਪ੍ਰੋਪਰ ਇੰਟਰਨੈਸ਼ਨਲ ਮਾਸਟਰਸ ਦੀ ਡਿਗਰੀ ਹੈ। ਯੂਨੀਵਰਸਿਟੀਆਂ ਰੈਂਕਿੰਗ ਦੇਖੋ, ਬਹੁਤ ਅੱਛੀ ਅੱਛੀ ਰੈਂਕਿੰਗ ਹੈ ਯੂਨੀਵਰਸਿਟੀਆਂ, ਕਿਉਂਕਿ ਮੈਂ ਕਿਸੇ ਪਰਟੀਕੁਲਰ ਕੁਛ ਯੂਨੀਵਰਸਿਟੀਆਂ ਦਾ ਨਾਮ ਲਉਂਗੀ ਤਾਂ ਉਹ ਕੁਛ ਯੂਨੀਵਰਸਿਟੀਆਂ ਨੂੰ ਪ੍ਰਮੋਟ ਕਰਨ ਵਾਲੀ ਗੱਲ ਹੋ ਜਾਂਦੀ ਹੈ ਜੀ। ਜੇ ਤੁਸੀਂ ਲਿਸਟ 'ਤੇ ਜਾਓਗੇ, ਕਿਉਂਕਿ ਆਪਣੇ ਜਿੰਨੇ ਜੇ ਜਵਾਹਰ ਲਾਲ ਨਹਿਰੂ ਜੀ ਨੂੰ ਕਹੀਏ, ਮਿਨਿਸਟਰਸ ਨੂੰ, ਔਰ ਬਹੁਤ ਸਾਰੇ ਜਿਹੜੇ ਆ ਜਿੰਨੇ ਟੇਕ ਦਾ ਬਿਗ ਟਾਈਕਾਊਨ ਨੇ ਜਿਹੜੇ ਯੂਕੇ ਵਿੱਚ ਹੀ ਪੜ੍ਹੇ ਹੋਏ ਆ, ਚਾਹੇ ਕੈਂਬਰਿਜ ਹੋਏ ਚਾਹੇ ਆਕਸਫੋਰਡ ਹੋਏ, ਸਾਰੀ ਯੂਨੀਵਰਸਿਟੀਆਂ, ਬੜੀ ਤੋਂ ਬੜੀ ਯੂਨੀਵਰਸਿਟੀਆਂ ਯੂਕੇ ਦੇ ਵਿੱਚ ਹੈ। ਮੀਨਸ ਯੂਕੇ ਜਿਹੜਾ ਇੱਕ ਕੁਆਲਿਟੀ ਐਜੂਕੇਸ਼ਨ ਹੱਬ, ਬਿਲਕੁਲ ਠੀਕ ਹੈ। ਉੱਥੇ ਇਸ ਵਾਰ ਜਿਹੜੇ ਪਹਿਲੇ ਕਦੇ 2007-08 ਵਿੱਚ ਕਾਲਜਿਸ ਦੀ ਸਟੱਡੀ ਬਹੁਤ ਚੱਲਦੀ ਸੀ, ਬਟ ਇਸ ਟਾਈਮ ਜਿਹੜੀ ਹੈ ਯੂਨੀਵਰਸਿਟੀਆਂ 'ਚ ਹੀ ਬੱਚੇ ਗਏ ਹੈ, ਕਿਉਂਕਿ ਯੂਨੀਵਰਸਿਟੀਜ਼ ਨੂੰ ਹੀ ਅਰਕੀ ਜਿਹੜੀ ਹੈ ਪਰਮਿਸ਼ਨ ਸੀਗੀ ਬੈਚੁਲਰ ਜਾਂ ਮਾਸਟਰਸ ਲੈਵਲ 'ਤੇ। ਬੈਚੁਲਰ ਵਾਲਾ ਬੱਚਾ ਜਿਹੜਾ ਥੋੜ੍ਹਾ 3 ਸਾਲ ਦੀ ਡਿਗਰੀ ਕਰਨੀ ਹੁੰਦੀ ਹੈ, ਆਇਲਟਸ ਯੂਕੇ ਦੇ ਵਿੱਚ 5.5 ਤੋਂ ਘੱਟ ਕੁਛ ਵੀ ਨਾ ਹੋਏ, 4 'ਚ 5.5, ਇਨ ਦੈਟ ਵੇ ਵੀ ਯੂਕੇ ਲੀਨੀਅੰਟ ਹੈ। ਜੇ ਆਪਾਂ ਹੋਰ ਕੰਟਰੀਆਂ ਤੋਂ ਗੱਲ ਕਰੀਏ ਆਇਲਟਸ ਨੂੰ ਲੈ ਕੇ, ਪਰਸੈਂਟੇਜ 60% ਤੋਂ ਘੱਟ ਕੋਈ ਵੀ ਯੂਨੀਵਰਸਿਟੀ ਨਹੀਂ ਲੈਂਦੀ ਹੈ। ਜੇ 60% ਤੋਂ ਘੱਟ ਹੈ ਫਿਰ ਤੁਹਾਨੂੰ ਫਾਊਂਡੇਸ਼ਨ ਕੋਰਸ ਲੱਗਦਾ। ਜੇ +2 ਬੱਚਾ ਹੈ ਜੀ ਔਰ ਉਹਦੇ ਪਰਸੈਂਟੇਜ ਘੱਟ ਹੈ, ਤਾਂ UKVI IELTS ਜਾਂ UKVI PTE 4.5 ਤੋਂ ਵੀ ਜਾ ਸਕਦਾ, ਇੰਨਾ ਲੀਨੀਅੰਟ ਹੈ ਯੂਕੇ ਜੀ। ਮਤਲਬ ਇਹ ਬਹੁਤ ਅੱਛਾ ਇੱਕ ਉਹ ਹੈ ਕਿ ਤੁਹਾਡੇ ਇੰਟਰਨੈਸ਼ਨਲ ਐਕਸਪੋਜ਼ਰ ਵਾਸਤੇ। ਹੁਣ ਤੁਸੀਂ ਸੈਕਿੰਡ ਗੱਲ ਕੀਤੀ ਸੀ ਕਿ ਇਨਰ ਆਰ ਆਊਟਰ ਲੰਡਨ ਜੀ, ਕੋਈ ਵੀ ਸਿਟੀ ਦੇ ਵਿੱਚ ਯੂਨੀਵਰਸਿਟੀਆਂ ਹੁੰਦੀਆਂ, ਪਰ ਸਿਟੀ ਮਹਿੰਗੀ ਬਹੁਤ ਹੁੰਦੀ ਹੈ, ਰਹਿਣ ਵਾਸਤੇ ਅਕੋਮੋਡੇਸ਼ਨ ਮਹਿੰਗੀ ਹੁੰਦੀ ਹੈ। ਜੇ ਬੱਚਾ ਉਹ ਅਫੋਰਡ ਕਰ ਸਕਦਾ ਦੈਨ ਇਨਰ ਲੰਡਨ ਜਾਏ, ਨਹੀਂ ਤਾਂ ਦੇਰ ਆਰ ਸੋ ਮੈਨੀ ਸਿਟੀਜ਼, ਬਹੁਤ ਸਾਰੇ ਸ਼ਹਿਰ ਹੈ, ਬਰਮਿੰਗਮ ਹੋ ਗਿਆ, ਨਿਊਕਾਸਲ ਹੋ ਗਿਆ, ਇੱਦਾਂ ਬਹੁਤ ਸਾਰੇ ਜਿਹੜੇ ਆ ਸ਼ਹਿਰ ਹੈ ਛੋਟੇ ਛੋਟੇ ਜਿੱਥੇ ਲਿਵਿੰਗ ਕੋਸਟ ਬਹੁਤ ਘੱਟ ਹੈ, ਉੱਥੇ ਤੁਸੀਂ ਜਾ ਸਕਦੇ ਹੋ। ਫੀਸ ਵੀ ਕੰਪੈਰੇਟਿਵਲੀ ਬਹੁਤ ਘੱਟ ਹੈ, ਉੱਥੇ ਜਾ ਸਕਦੇ ਹੋ। ਕਾਫੀ ਸਾਰੀ ਯੂਨੀਵਰਸਿਟੀਆਂ ਦੇ ਵਿੱਚ ਕੀ ਹੈ, ਤੁਸੀਂ £2000 ਜਾਂ £4000 ਪੇ ਕਰਕੇ ਇੰਟਰਵਿਊ ਦਿੰਦੇ ਹੋ, ਲੇਕਿਨ ਕਾਫੀ ਸਾਰੀ ਯੂਨੀਵਰਸਿਟੀਆਂ ਜਿਹੜੇ ਬਿਨਾਂ ਕੋਈ ਪੈਸਾ ਪਹਿਲੇ ਲਏ ਤੁਹਾਡੇ ਇੰਟਰਵਿਊ ਲੈਂਦੇ ਆ। ਉਹਦੇ ਵਿੱਚ ਕੀ ਫਾਇਦਾ, ਮੰਨ ਲਓ ਤੁਹਾਡੇ ਇੰਟਰਵਿਊ ਕਲੀਅਰ ਨਹੀਂ ਹੋਈ ਅਤੇ ਤੁਹਾਨੂੰ ਜਿਹੜਾ ਪੈਸਾ ਰਿਫੰਡ 2000 ਜਾਂ 4000 ਲੈਣ ਵਾਸਤੇ 2 ਤੋਂ 3 ਮਹੀਨੇ ਦਾ ਜਿਹੜਾ ਸਟਰਗਲ ਕਰਨਾ ਪੈਂਦਾ ਉਹ ਨਹੀਂ ਹੁੰਦੀ ਹੈ। ਇਹ ਪੁਆਇੰਟਸ ਹੈ, ਕਿਉਂਕਿ ਜਦ ਤੁਸੀਂ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਇਹ ਸਾਰੇ ਪੁਆਇੰਟਸ ਦੇਖਣੇ ਪੈਂਦੇ ਆ ਕਿ ਇੰਟਰਵਿਊ ਕਿਹੜੀ ਯੂਨੀਵਰਸਿਟੀ ਲੈ ਰਹੀ ਹੈ ਕੈਸ਼ ਤੋਂ ਪਹਿਲਾਂ, ਬਿਨਾਂ ਪੈਸੇ ਤੋਂ ਲੈ ਰਹੀ ਹੈ, ਜਾਂ ਪੈਸਾ ਲੈ ਕੇ ਇੰਟਰਵਿਊ ਲੈਣ ਦਾ ਮਕਸਦ ਇਹ ਹੁੰਦਾ ਕਿ ਉਹ ਆਪਣਾ ਟਾਈਮ ਨਹੀਂ ਵੇਸਟ ਕਰਨਾ ਚਾਹੁੰਦੇ। ਮੰਨ ਲਓ ਕਿ ਉਹਨਾਂ ਦੇ ਕੋਲ ਵੀ ਸਟਾਫ ਲਿਮਿਟਿਡ ਹੈ,
और उन्होंने ही यह सारे बच्चे कढ़ने हैं तो उन्होंने ये लगता कि जेडे सीरीयस बच्चे खाली वो अप्लाई करन तो जेडे बच्चे की आइल्स 5.5 ईच है उन्होंने इंटरव्यू कोई प्रॉब्लम नहीं आती उन्होंने कोई क्योंकि पूछना की है उन्होंने चार क्वेश्चन पूछने वाई यू वॉन्ट टू कम टू यूके तुसी यूके क्यों आना चाहते हो यह कोर्स क्यों करना चाहते हो यदि फीस किन्नी है ये तीन चार क्वेश्चन होंगे कोर्स करके तुसी की करोगे जे ये क्वेश्चन का अपना जवाब नहीं दे सकते तो मेरे ख्याल फिर बाहर अपना पढ़ने वास्ते भी नहीं जा सकते बिल्कुल इस करके कोई इन्ने औखे क्वेश्चन नहीं है फीस आन एन एवरेज घट वाली अपना देखिए तो 10 लाख तो यूनिवर्सिटियाँ शुरू हो जाएँ जानू तो 30-35 लाख तक जाए डिपेंड करता है कि तुहाड़ी पॉकेट की है तुसी किस रैंकिंग दी यूनिवर्सिटी लेना चाहते हो और तुसी अगे उन्हों इंप्लीमेंट कोर्स नू किद्दां करना चाहते हो ज़्यादातर बच्चों का रुझान मास्टर वालों का रहता है मास्टर वाले बच्चों का क्योंकि खाली 1 साल की स्टडी है और 2 ईयर्स पोस्ट स्टडी वर्क परमिट है बिल्कुल सही तुसी गल कही है सो मैम जिथे आपां इह गल करदे आ कि सक्सैस रेट तो वधिया हुंदा बावजूद इसदे स्टूडेंट्स हमेशा साडे कोल भी जिवें बहुत सारे सवाल आते कि विदाउट आयल्स विदाउट इंटरव्यू सानू ऑप्शन दसियां जाण तां स्कोप अगर देखिए इस तरह की ऑप्शन नाल स्टूडेंट्स अगे वधदे ने पहला तो उन्हां स्टूडेंट्स नूं तुसी की कहना चाहोगे जिहड़े हमेशा कहिंदे विदाउट आयल्स ऑप्शन दे दो जी विदाउट इंटरव्यू ऑप्शन दे दो ते स्कोप की अगे चल के अजिहे स्टूडेंट्स लई देखो विदाउट आइल्स और विदाउट इंटरव्यू यूके ने लास्ट ईयर तक बहुत दिता है जी वही पंजाब के बच्चों की प्रॉब्लम आई उत्थे जाके उन्होंने ज्वाइन नहीं किते तो इस करके मेच्योर स्टूडेंट नू ज़्यादा प्रेफर किया विदाउट आइल्स हजे भी हो रहा है बट वो कुछ यूनिवर्सिटियाँ ज़्यादा यूनिवर्सिटियाँ नहीं है ज़्यादातर यूनिवर्सिटियाँ विद आइल्स पंजाब और हरियाणा का बच्चा बाकी स्टेट्स का हो सकता है हजे विदाउट आइल्स लै रहे हैं तो जो पंजाब और हरियाणा का जो स्पेशली गल करें तो ज़्यादातर यूनिवर्सिटियाँ विद आइल्स लै रही हैं 6 बैंड या नॉट लैस दैन 5.5 बैंड इन्हों के रिक्वायरमेंट है जो रैंकिंग यूनिवर्सिटी है जी वो जी है 6.5 नॉट लैस दैन 6 भी लै रही है कुछ रैंकिंग यूनिवर्सिटियाँ बहुत अच्छी हैं उन्होंने आइल्स की जरूरत नहीं है लेकिन कई बार स्टेट वाइज सू प्रॉब्लम आ जाती है तो वह मंग सकते हैं कई आप दे टेस्ट है वो टेस्ट तुसी क्लीयर कर सकते हो जेड़ा कि कोई चार्जेस नहीं है उस टेस्ट से वो टेस्ट क्लीयर करके तुसी विदाउट आइल्स जा सकते ठीक है अखीर दे विच मैम छोटा जिहा अपडेट सितंबर इनटेक लई भी पूछना चाहूँगी तुहाडे तो किन्ना कु समा हले भी बचा है जेकर कोई स्टूडेंट सितंबर इनटेक लई अपलाई करना चाहता है जुलाई खत्म होने वाला है अगस्त दे विच ऑफर लैटर आके कैश आना बहुत मुश्किल हो जाती है फिर भी हजे 1-2 यूनिवर्सिटियां च बचा है वो कर सकते जेडे इमीडिएट विद इन 1 वीक 10 डेज अपलाई कर लैन ठीक है बिल्कुल सो कोई डाउट है स्टूडेंट्स का अपनी प्रोफाइल नू लैके अप्लाई करन नू लैके तो इस नंबर पर कॉल करो नैविगेटर ओवरसीज की टीम के नाल टाइमली कॉन्टैक्ट कर सकते हो डॉक्यूमेंट्स लैके आओ असैसमेंट करवाओ सही ऑप्शनस दे नाल अगे वधो सो मैम का 26 साल का एक्सपीरियंस है इन्हों के तजुर्बे नाल सही सलाह दे नाल तुसी जेन्युइन वे दे नाल अप्लाई करके वीज़ा हासिल कर सकते हो तो असी अगों भी तुहाडे लई होर इनफॉर्मेटिव वीडियोज़ लैके आते रहेंगे तो मैम तुहाडा बहुत बहुत थैंक्स तुसी हमेशा ही बड़े सही ढंग दे नाल जेन्युइन वे दे नाल स्टूडेंट्स नू गाइड कर दिओ तो बहुत सारे स्टूडेंट्स तुहाडी गाइडेंस दे नाल अपना विदेश जाण दा सपना साकार भी कर चुके ने ते असी स्टूडेंट्स नूं जरूर कहना चाहांगे अज दी वीडियो चंगी लगी इनफॉर्मेटिव लगी ते इस नूं लाइक एंड शेयर जरूर कर देना ते अगो भी असी तुहाडे लई होर इनफॉर्मेटिव वीडियोज़ लैके आते रहांगे फिलहाल ही सानूं दिओ जी इजाजत थैंक यू सो मच थैंक यू सो मच